ओम शर्मा ते पाल जेठ के दी पेशकश। जसे दी मां मैं चलिया खेत नूं ठंडे ठंडे थोड़े काम निबड़ जे एवे दुपहरे तां तरले मारी रहे आ बाकी कल्ले बंदे दी कादी खेती हुंदी है। चंगा मैं भी सन्नी ला के रोटी जानी आ तू रोटी खान टाइम से राजी दुपहरा ढाल के चाह पी के मर जी। चंगा आ जूंगा हां हूं आ जी फिर जे फसल चंगी होगी फिर भा का नहीं पता भी किवें हो है ना। देख फसल बीजने वाले कोई होर भा मिथन वाले कोई होर जे फसल का सही मुल मिले ना जट खुदकशियां क्यों कर उन्होंने मरन का भा ही नहीं मिलता क्यों बड़ी मरन कि जी करता। हूँ तो किसी मुंडे को नौकरी मिल जाए ना तो हाथ सुखाला हो जाए नहीं तो थोड़ी जमीन वाले तो जमीन ही बुरी है। दसा नजर नहीं आता कितने कि चाची जी तो घरे बैठा सी सुखे पोले अखबार च नौकरियां निकलियां सी ओह वेखण गया सी। ओदी मां नाल काम धंधा भी करवा दिया कर कोई पट्ठे पुट्ठे कतवा दिया कर औखी हुंदी रहिंदी है सारा दिन। बापू जी टाइम लाना कतवा देना मैं तुर करके कोई नौकरी भी वेखणी आ। चल पुत कोई ना जे काम च होई बथेरी मिल जू नौकरी तैं कड़ा भुन के बीजा होया हवाई पहला के होई चल पी आ मुंडे काम करके राजे नहीं अजकल चंगे इन्हां नूं मोबाइल चाहिदे आ टेलीविजन देखने चाहिदा चंगा खाने चाहिदा चंगा पहनने चाहिदा काम कोई होर करी ले छड़ जस्से दे मैं जा करदी हां चाह पी के खेत जा कर चंगा बाय।
ਜਾਗਰਾ ਉਹ ਤੇਰੇ ਨਸ਼ੇ ਦਾ ਫਿਰ ਕਿਵੇਂ ਚੱਲਦਾ? ਨਸ਼ੇ ਦਾ ਸਵਾਦ ਚੱਲਦਾ, ਫੀਮ ਤਾਂ ਬੰਦ ਕਰਤੀ ਸਰਕਾਰ ਨੇ ਲਾਤੇ ਮੋਂਦੇ। ਉਹ ਤਾਂ ਫਿਰ ਡੋਡੇ ਖਾ ਲਿਆ ਕਰ, ਡੋਡੇ ਖਾ ਲਿਆ ਕਰ, ਡੋਡਿਆਂ ਦੇ ਵਿੱਚ ਸਵਾ ਕੇ ਮੇਰੀ ਨਾਲ ਸੁਣ ਲੱਗ ਗਿਆ। ਡੋਡਿਆਂ ਦੇ ਵਿੱਚ ਆ ਜਿਹੜਾ ਕੀ ਕਹਿੰਦੇ ਹੁੰਦੇ ਆ ਲੱਕੜੀ ਦਾ ਬੂਰਾ, ਅੱਛਾ ਮਿੱਟੀ ਰੇਤਾ, ਅੱਛਾ ਤੇ ਵਿੱਚ ਆ ਕੀ ਕਹਿੰਦੇ ਹੁੰਦੇ ਆ ਜਿਹੜੀ ਕੁਕੜੀਆਂ ਨੂੰ ਪਾਉਂਦੇ ਆ ਫੀਡ ਅੰਡੇ ਦੇਣ ਵਾਸਤੇ, ਉਹ ਪਾਉਂਦੇ ਆ। ਉਹ ਤੇ ਫਿਰ ਅਮਲੀ ਕੀ ਕਰਿਆ ਕਰਨਗੇ? ਅਮਲੀਆਂ ਨੇ ਕੀ ਕਰਨਾ, ਮੇਰੇ ਹਿਸਾਬ ਤਾਂ ਅਮਲੀ ਹੁਣ ਅੰਡੇ ਦਿਆ ਕਰਨ। ਓਏ ਅੰਡੇ, ਹਾਂ ਉਹ ਚੱਕਰਾ ਵੀ ਮੈਂ ਚੱਲਿਆ। ਉਹ ਮੇਰੀ ਗੱਲ ਸੁਣ, ਉਹ ਮੇਰੀ ਗੱਲ ਤਾਂ ਸੁਣ ਲੈ, ਮੈਂ ਚੱਲਿਆ। ਉਹ ਗੱਲ ਤਾਂ ਸੁਣ ਲੈ, ਤੇਰੇ ਯਾਰ ਪੁੱਤ ਘਰ ਫੜ ਕੇ ਮੂੰਹ ਖੜ ਜਾ, ਮੈਂ ਖਵਾਉਣੀ ਤੈਨੂੰ ਅੰਡੇ। ਘਰੇ ਜਵਾਕ ਭੁੱਖੇ ਮਰੀ ਜਾਂਦੇ ਆ, ਸਾਰੇ ਦਿਨ ਨਸ਼ਿਆਂ ਦੀਆਂ ਗੱਲਾਂ ਤੇ ਨਸ਼ਿਆਂ ਦੇ ਕੋਲ ਨਸ਼ਿਆਂ ਦੀਆਂ ਗੱਲਾਂ, ਘਰੇ ਚੱਲ ਜਵਾਕ ਭੁੱਖੇ ਮਰਦੇ ਆ ਸਾਰੇ ਦਿਨ। ਤਾਂ ਉੱਠਾ ਤਾਂ ਕੁੱਤੇ ਨੂੰ ਭੇਜੀ ਜਾਨੀ ਆ। ਉਹ ਗੱਲ ਤੇ ਪੁੱਤ ਆ ਟੋਕਰੇ ਚ ਕਾਈ ਆ ਕੇ। ਹਾਂ ਤਾਈ, ਦੇਖ ਉਹ ਮੁਖਤਿਆਰਿਆ ਬਚਨੀ ਕੇ ਪਾਥੀਆਂ ਟੋਕਰਾ ਟੀਸੀ ਲਾਈ ਜਾਂਦੀ ਆ। ਧੰਨਦੀ ਆ ਯਾਰ ਬੁੜੀ, ਇਹ ਬਹੁਤ ਕੰਮ ਕਰਦੀ ਆ ਵਿਚਾਰੀ। ਮਿੱਤਰੋ ਗੱਲ ਸੁਣ ਲਓ, ਮੇਰੀ ਗੱਲ ਹੈਗੀ ਤੁਹਾਡੀ 16 ਆਨੇ ਸੱਚੀ। ਜਿੱਦਣ ਦੀ ਬਚਨੀ ਪਿਆਰਾ ਸਿੰਘ ਉਹਦੇ ਨਾਲ ਵਿਆਹੀ ਹੈ, ਦਿਨ ਰਾਤ ਇੱਕ ਕਰਤਾ ਇਹਨੇ, ਉਹਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਇਹਨੇ, ਨਾ ਖਾਣ ਦੀ ਨਾ ਪਹਿਨਣ ਦੀ। ਜੇ ਇਹਦੇ ਮੁੰਡੇ ਚੰਗੇ ਹੋਣ ਨਾ, ਇਹਨਾਂ ਦੇ ਪੈ ਧੋ ਧੋ ਪੀਣ। ਕੈਨੇਡਾ ਦਾ ਕੀ ਹਾਲ ਹੈ? ਠੀਕ ਆ ਤਾਇਆ ਜੀ, ਪਰ ਇੱਥੇ ਵਰਗੀਆਂ ਮੌਜਾਂ ਉੱਥੇ ਕਿੱਥੇ? ਯਾਰ ਮੈਂ ਤਾਂ ਐਂ ਸੁਣਿਆ ਵੀ ਲੋਕ ਉੱਥੇ ਫੌੜਿਆਂ ਨਾਲ ਪੈਸੇ ਇਕੱਠੇ ਕਰਦੇ, ਤੂੰ ਕਹਿੰਦਾ ਮੌਜਾਂ ਨੀ? ਆਇਆ ਪੈਸਾ ਬੜੀ ਸਖਤ ਮਿਹਨਤ ਨਾਲ ਕਮਾਇਆ ਜਾਂਦਾ। ਉੱਥੇ ਘਰ ਦੇ ਜਿੰਨੇ ਵੀ ਜੀ ਨੇ ਸਾਰੇ ਕਮਾਉਂਦੇ ਨੇ, ਇੱਥੇ ਵਾਂਗੂ ਥੋੜੀ ਬਈ ਇੱਕ ਜਣਾ ਕਮਾਉਣ ਵਾਲਾ ਤੇ ਬਾਕੀ 18 ਜੀ ਖਾਣ ਵਾਲੇ ਹੁੰਦੇ। ਅੱਛਾ ਮੁੰਡਿਆ ਮੇਰੀ ਸੁਣ ਗੱਲ ਫਿਰ, ਤੂੰ ਹੁਣ ਮੈਨੂੰ ਵੀ ਕੈਨੇਡਾ ਲੈ ਚੱਲ। ਤਾਇਆ ਬਾਹਰ ਜਾਣ ਵਾਸਤੇ ਪਾਸਪੋਰਟ ਦੀ ਜ਼ਰੂਰਤ ਪੈਂਦੀ ਆ। ਉਹ ਤੂੰ ਫਿਕਰ ਨਾ ਕਰ, ਮੇਰਾ ਬਣਾਇਆ ਵਾ ਰਾਸ਼ਨ ਕਾਰਡ ਹੈਗਾ ਮੇਰੇ ਕੋਲ। ਤਾਇਆ ਤੂੰ ਤਾਂ ਇੱਥੇ ਠੀਕ ਆ, ਤੂੰ ਤਾਂ ਪਿੰਡ ਦੀ ਰੌਣਕ ਆ। ਕੱਲੀ ਸਤਿ ਸ੍ਰੀ ਅਕਾਲ ਵਾਲੀ ਆ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੇ ਰਹੀਦਾ ਖੇਤਾਂ ਚ, ਥੱਕ ਜਾਈਦਾ। ਜਦੋਂ ਘਰੇ ਆਈਦਾ ਨਾ, ਤੇਰੇ ਆਦਿ ਹੱਸ ਕੇ ਰੋਟੀ ਪਾਣੀ ਫੜਾਉਂਦੀ ਆ ਤਾਂ ਸਾਰਾ ਥਕੇਵਾ ਲੈ ਜਾਂਦਾ। ਉਹ ਚੰਗਾ ਚੰਗਾ ਚੱਲ ਛੱਡ, ਜਿੰਨਾ ਚਿਰ ਮੇਰੇ ਹੱਥ ਵੱਸ ਹੈ ਖਾ ਪੀ ਲੈ, ਬਥੇਰੀ ਸੇਵਾ ਕਰਦੀ ਆ ਤੇਰੀ। ਜਦੋਂ ਬਗਾਨੀਆਂ ਤੀ ਆ ਗਈਆਂ ਫੇਰ ਪਤਾ ਲੱਗੂਗਾ ਵੀ ਕੀ ਸੇਵਾ ਕਰਦੀ ਆ। ਮੈਂ ਤਾਂ ਤੇਰੇ ਮੂੰਹ ਚ ਹੱਥ ਦੇ ਹੀ ਰੱਖਦੀ ਆ। ਅੱਜ ਕੱਲ ਦੇ ਮੁੰਡੇ ਤਾਂ ਆਪਦੀਆਂ ਬਹੂਆਂ ਦੇ ਸਾਹਮਣੇ ਬੋਲਦੇ ਨੇ। ਅੱਜ ਜਿੱਤੇ ਮੈਂਬਰ ਦੇ ਮੂੰਹ ਵੇਖ ਲਾ, 4 ਮਹੀਨੇ ਹੋਇਆ ਵਿਆਹ ਹੋਏ ਨੂੰ, ਉਹ ਮੁੰਡੇ ਨੂੰ ਲੈ ਕੇ ਅੱਡ ਵੀ ਹੋ ਗਈ। ਤਸਕੀਰ ਨਾ ਜਾਵੇ, ਸੱਚੀ ਗੱਲ ਹੈ। ਬਾਪੂ ਆਪਣੇ ਨਾਲ ਪਤਾ ਨੀ ਕੀ ਹੋਣਾ, ਇਹ ਤਾਂ ਕੁਆਰੀ ਨੀ ਮਾਨ ਕੰਮ ਕਾਰ ਨੂੰ ਕਹੀਦਾ ਤਾਂ ਮੂਹਰੋਂ ਭੱਜ ਭੱਜ ਪੈਂਦੇ ਨੇ। ਇਹਨਾਂ ਨੂੰ ਕੀ ਪਤਾ ਆਪਾਂ ਕਿਵੇਂ ਪਾਲਿਆ ਜਵਾਕ। ਜੱਸੇ ਦੇ ਬਾਪੂ ਤੈਨੂੰ ਯਾਦ ਹੈ ਕਿ ਜਦ ਇਹ ਦੋਵੇਂ ਛੋਟੇ ਛੋਟੇ ਹੁੰਦੇ ਸੀ, ਪਟਕੇ ਬੰਨ੍ਹ ਕੇ ਮੈਂ ਸਕੂਲੇ ਦੌੜਦੀ ਹੁੰਦੀ ਸੀ ਇਹਨਾਂ ਨੂੰ, ਤੇ ਦੂਰ ਦੂਰ ਤੱਕ ਦੇਖਦੀ ਰਹਿੰਦੀ
यार बड़ा थोड़ा जा उडार हो गया, मुंडे नाल मगर लाके केस कटाया ना, ते ओनू देख के छोटे ने कटाते, बथेरा भटकी गया, बथेरा कहा भी ना पुत ये गल चंगी, पर एक नहीं मनी, टोपिया ला ला के मिलते नौकरी मिल गई बल्ले, खुशी की गल सुनाई है तू बापू, नौकरी मिल गई वे भरा बड़ी खुशी की गल है। गुरुद्वारा साहब जाके ना अरदास करवा, रब दे घरे देर जरूर है पर अंधेर नहीं, ला के जसे दी मां कोई मीठा मुठा बनाओ, मूह मीठा कराओ, चंगा पुत रब तेन खुशियां दे, पुत जाके राजी खुशी का पता जरूर दसी, अपना खान पीन का ध्यान रख, ठीक है चंगा जा। दुख सुख कवि माता लोको पुता दी, मैं सुनया बैरा साहब अपने मुंडे नूं नौकरी मिल गई है, बस रब की मेहर हो गई, ये तो भाग चंगे सी तेरे मुंडे नूं नौकरी मिल गई, लोकी थप्पा थप्पा नोटां दे चक्की फिरदे ने, किते करवा वाली नौकरी मिलदी है, बाकी दी कृपाई बाकी बच्चा दी मेहनत। मैं कल परसों गया सी सौरी, मेरे घराज दी रिश्तेदारी दे विचो ना दो कुड़ियां ने पढ़िया लिखिया बहुत ने ते सुनखियां भी बथेरियां ने। अच्छा अच्छा, जे तू कहे ते आपां रिश्ते की कोई गलबात चला लीए। सज्जन सिंह देख लो साले को जमीन थोड़ी जी है, विचार लो ना, जमीन जमीन की तो भाई कोई गल नहीं भाई, प्यारा साहब थोड़ी कोई मांग मुंगता नहीं रखी भी ना भाई, साड़ी कोई मांग नहीं हैगी, बस कुड़ियां साड़े टब्बर च रलदियां मिलदियां होनी चाहीदियां, घर का काम कर ते घर नूं संभालण, चंगा भाई ते काम छेती हो जाना चाहीदा हुण इह। जे तुसी कहो तां बस ऐसे एतवार ही देख दिखाई कर लैने आ, पर ठीक है ऐसे एतवार मुंदरी पा के लै आवांगे झट मंगनी पटा गया, ठीक है कुड़ियो पानी बार बने दी ए माए बन्ना तेरा बार खड़ा नहीं बन्ना नहीं बन्ने बोलो पानी बार बने दी ए माए बन्ने तेरे बार खड़े ओए ओए
ਇਹ ਡੀਜੇ ਵੱਜੀ ਜਾਂਦਾ ਇਹਨਾਂ ਦੇ ਵਿਆਹ ਸੀ ਵਿਆਹ ਸੀ ਉਹ ਕਿਹਦਾ ਮੁੰਡੇ ਦਾ ਉਹ ਕਿਹਦੇ ਦਾ ਉਹ ਦੁੱਲਾ ਦਾ मैं बैंक तो लोन लेना अपने पिंड च फोटोग्राफी दी कोई दुकान नहीं नाले मेनू काम कुछ तो पहला आउंदा उस मैं सिख लूंगा मैं तेथो कड़ा फोटो गुजा लूंगा जे किसी ने गुजा भी ले फिर पैसे नु मगर मगर फ्री जाई ओए आपा नु कर्जा देउ कौन देउ क्यों ना बापू आजकल 10वीं ते 12वीं पास बेरोजगारा नु सरकार आपदा काम चलाण वास्ते कर्जा दिंदी है ते पुत कर्जे दी गल करदी हां कर्जा तां सके मां-प्यो दा भी माड़ा हैं आपा मोड़ांगे किवें ओ कोई नहीं रल मिल के मोड़ देंगे काम चला के आ कीती आ बापू वाली गल चंगा बेबे बेबे मेरा एडी दूरों रोज आना जाना औखा है मैं तो परमिंदर नाल ही लेके जाऊंगा अजे तो उत्थे रहांगे लवप्रीत छोटी कुड़ी तो है परमिंदर जल्दी करोगी ਬੀ ਹਾਂ ਜੋ ਅਜੇ ਲੰਘੇ ਹੋ ਕਿਵੇਂ ਆਏ ਸੀ ਵੀਰੇ ਕੋਲ ਫੋਟੋ ਮਾ ਕਰਾਈਆਂ ਸੀ ਫੋਟੋ ਲੈਣ ਆਏ ਸੀ ਅੱਛਾ ਹਾਂ ਫੜਾ ਕੇ ਗਈ ਸੀ ਲਿਆਉਣੀ ਇੱਕ ਮਿੰਟ ਅੱਛਾ ਬਾਬੀ ਚਾਹ ਹੋਰ ਚਾਹ ਬਣਾ ਲੈਣੀ ਆ ਪੀਤੇ ਨਾਲ ਵੱਧ ਹੋ ਗਈ ਬਾਬੀ जिन्नी मर्जी बता लो क्यों कर दो और करा कर दो नक हेठ पछा जे तेन बाल ही है ना आप धोलिया कर मैथों नहीं धोते जाते
अच्छा ते इत्थे नहीं धोते जांदे ना तैनूं पूजन नूं लैके आई आं मैं काम कराउण वास्ते लैके आई आं सारा दिन थोड़ा गोला धंदा करदियां इत्थे की कोई ना करदा जे इन्ना ही है ना तां वड्डी कोले चली जा शहर नाले तेरे कपड़े तो नाले प्रेस कर कर पाऊ नहीं मैं तो ओनी तू ही मार दे ना तेरी ना ओ की गल होगी भाई हैं तुसी दुन्ने एक दूजे नु मरन मरोड़ ते तैयार होइयां खड़ियां मैं कहनी आए ने ए नहीं साडा घर फटना लिया होया मरवा के छड्डोगी किसे जी नु देख ली तू ये सोड़ी ते तां तू चढ़ा होया सारे टब्बर नु फिटड़ियां फेटना होवे तां सौरिए बड़ी तत्ती है ठंड रख ठंड जेड़े बुजुर्ग होंदे आ ना ਇਹ ਤਾਂ ਘਰ ਦਾ ਜਿੰਦਰਾ ਹੁੰਦੇ ਆ ਵੇ ਗੱਲ ਸੁਣ ਹੈ ਮੈਂਬਰ ਤੂੰ ਨਹੀਂ ਸਰਪੰਚ ਤੂੰ ਨਹੀਂ ਆ ਗਿਆ ਵੱਡਾ ਘੜਮ ਚੌਧਰੀ ਅਖੇ ਤੂੰ ਕੌਣ ਮੈਂ ਖਾਮ ਖਾ ਜੇ ਦਫਾ ਹੋ ਜਾ ਇੱਥੋਂ ਜਾ ਵੜਦੇ ਆ ਨਹੀਂ ਸਰਪੰਚ ਮੈਂਬਰ ਅਈ ਤਾਂ ਗੱਲ ਸੱਚੀ ਕਹਿਣੀ ਸੀ ਸੱਚੀ ਗੱਲ ਕੌੜੀ ਲੱਗਦੀ ਆ ਜਾ ਵੜਦੇ ਆ ਅਰਦੀਆਂ ਨਹੀਂ ਭਜਣੀਏ ਘਰੀਆਂ ਭੈਣੇ आ जा भैने बह जा होर सुना की हाल है मैं की दसा भैने मैं तो तेरे को ढिड हौला करना नहीं की गल होगी नहीं बथेरा कुछ हो गया भैने साढ़े वाली छोटी नूह ने तो जीना दुब्बर किता पिया साडा कोई ना भैने तू ही चुप कर रहा कर टाइम ही लगाना साढ़े वाली तो आप मैनू सह नहीं कढ़न दिंदी ना होर तो सिर चिगड़िया कराना मैं ओदी नूह लगती है तो मेरी नूह लगती है नहीं अजकल तो भैने नूहां की चलती है नूहां नहीं डरदियां सिसां तो चाहे पढ़िया होन ते चाहे अनपढ़ साडे वाली पता नहीं चार जमाता पढ़ी है पता नहीं नहीं हुई मेरे तो रोब सड़ी जाऊगी चल कोई नहीं छड़ परे एवें ना पुजदी रहा कर चंगा भैने चल दिया हां दो दिन नहीं पै दिन दो दिन थोड़ा एक कलेजा घर नू लेके बह जूगा की होया अज तू कट लकड़ा च मचदी है लड़ने वाली पता नहीं कितो जोर आ जाए तेरे च चल अच दे क्यों आपका हथ पाई जानी है इन्हें तो मना तो कोई असर नहीं होना इदा पत्थर दे पत्थर दे रांझा अमली हो गया दो दो सगटा लाया मिठे मुंह तेरे जमर ते आकण पर जाया मैं कहना बहुत वधिया बहुत वधिया तेरी घर वाली का की हाल आ मैं सुनिया भज गई नहीं दुख नहीं होया तो
दुख तो मेनू बहुत होया, मेरा भी होया, तेरा भी दुख होया, पापरा दुख तो होया, पर एक खुशी मेनू बहुत वधिया हो गई। खुशी? हाँ ओ गाड़ी खुशी आए होगी, मैं आपा दोने साडू साडू हो गए। मेरी गल सुन ला। हाँ तू चुप करके, तेरी जबान में लग गया जिंदरा। मेरी सुन गल टका के, अपनिया जनानिया भजन का कारण पता की है? की कारण? आपा छोटी उम्रे आपा नशा करन लग गए। हाँ इसे करके भजिया। पर एक गल होर होर सुन ला। हुण अपने नौजवान 15 साल तो लेके 25 साल दे मुंडे कुड़ियां ये भी लोहड़े का नशा करते है। करते आ भी नवे नशे आ गए। जे इन्हां नूं ना रोकिया गया, ना ठल पई, ते पंजाब दा बेड़ा गर्क हो जूगा। हाँ आपां एक कम कर सकदे आ। हाँ आपां अज चलिए सरपंच कोले। ठीक आ भी सरपंच नूं, चाहे मेहनत करिए, चाहे किवें कहिए, ओनूं कह पंचायत नूं लै नाल पिंड च बना कमेटी ते नशियां दा कोड वड्डो। ठीक है ते तां ही साडी नौजवानी बच सकदी। हां भी ते आपां अज ही चल चल करा। ਪੈਨਸ਼ਨ ਲਗਾਏ ਸੀ ਜੀ, ਰਾਤ ਤੁਸੀਂ ਹੋਕਾ ਦਿੱਤਾ ਸੀਗਾ ਲਾਊਡ ਸਪੀਕਰ ਦੇ ਵਿੱਚ, ਤੇ ਮੈਨੂੰ ਤਾਂ ਸਾਰੀ ਰਾਤ ਹੀ ਨੀਂਦ ਨਹੀਂ ਆਈ, ਤੇ ਪੈਨਸ਼ਨ ਦਿਓ ਕਿਰ ਭੁੱਖੜੀ ਖਾਣਾ ਨੂੰ ਨਾ ਜੀ ਨਾ ਨਾ ਉਹ ਅਸੀਂ ਛੱਡਤੇ, ਬਿਲਕੁਲ ਦੁਨਾ ਨੇ ਛੱਡਤੇ। ਅਸੀਂ ਇੱਕ ਤੁਹਾਨੂੰ ਸੁਨੇਹਾ ਦੇਣਾ ਹੈ ਵੀ ਤੁਸੀਂ ਆਪਣੀ ਨੌਜਵਾਨੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ। ਵਾਹ ਬਈ ਵਾਹ, ਹਾਂਜੀ ਬਹੁਤ ਵਧੀਆ ਸੋਚਿਆ ਤੁਹਾਡੀ। ਲੈ ਉੱਠਾ ਪੈਰ ਦਾ ਨਾਮ ਘੱਟ ਦੋ ਘੱਟ ਦੇ ਨੇ ਹਾਂ। गुरुद्वारे चंद पुराने बहुत भाई संगत इकट्ठी होनी है, उत्थे बाबा जी बहुत सारी रागी ढाडी लगाते हैं। बाबा जी आए महीने गरीबों को आश्रम बंटते हैं, गरीब लड़कियों के ब्याह करते हैं, टूरनामेंट कराते हैं, कैंप लगाते हैं। उत्थे एक बिरध आश्रम भी है जिथे निराश्रियों को आसरा दिता जाता। उत्थे मूर्तियां बहुत सोहनियां ने, मैं चाहना वा भी थोनों एक बार उत्थे दर्शन करवा के लेके आ। अच्छा जी मास्टर जी, फिर तो आप ऐ करते हैं कल ही चलते हैं, अरे परसों मिली हुई है, दो पैसे जेब च है, घर जा तो भी मंगने पैने। चंगा फिर कल ही चलते हैं। ਤਿਆਂ ਬਾਸ ਜੀ ਕੱਲ ਨੂੰ। ਠੀਕ ਹੈ ਪੱਕਾ ਜੀ। ਠੀਕ ਹੈ ਜੀ ਠੀਕ ਹੈ। ਆ ਠੀਕ ਆ ਤਾਂ ਠੀਕ ਆ। ਜੱਸੀ ਹਾਂਜੀ ਮੈਂ ਤੇ ਦੰਦ ਕਾਮ ਤੇ ਇੱਕ ਮਿੰਟ ਗੱਲ ਸੁਣਿਓ। ਹਾਂਜੀ ਮੈਂ ਆਏ ਕਹਿੰਦੀ ਸੀ ਕੋਈ ਤੌਰ ਫਿਰ ਕੇ ਜੱਜ ਦੀ ਨੌਕਰੀ ਲੱਭ ਲਓ, ਆ ਇਕੱਲੇ ਕੈਮਰੀ ਦੀ ਕਮਾਈ ਨਾਲ ਆਪਣਾ ਕੀ ਬਣਦਾ, ਇਹਦੇ ਨਾਲ ਤਾਂ ਘਰ ਦਾ ਗੁਜ਼ਾਰਾ ਹੀ ਮਸਾ ਚੱਲਦਾ, ਕਿੱਥੋਂ ਆਪਾਂ ਚੰਗੇ ਸਕੂਲਾਂ 'ਚ ਬੱਚੇ ਪੜ੍ਹਾ ਲਾਂ। ਗਰੀਬਾਂ ਨੂੰ ਬਿਨਾਂ ਕਰਮਾਂ ਤੋਂ ਨੌਕਰੀਆਂ ਕਿਤੇ ਧਰੀਆਂ ਪਈਆਂ, ਨਾਲੇ ਮੈਂ ਕਿਹੜਾ ਕੋਈ ਕੋਰਸ ਕੀਤਾ। ਆ ਦੇਖ ਲਓ ਮੇਰੀ ਵੱਡੀ ਭੈਣ ਸ਼ਹਿਰ ਦੇ ਵਿੱਚ ਐਸ਼ਾ ਕਰਦੀ ਆ, ਇੱਕ ਲਾਉਂਦੀ ਆ ਇੱਕ ਪਾਉਂਦੀ ਆ, ਆ ਮੈਂ ਰਹਿ ਗਈ ਇੱਥੇ ਬੁੜੇ ਬੁੜੀ ਨਾਲ ਮੱਥਾ ਮਾਰ ਜੋਗਰੀ। ਕੀ ਗੱਲ ਨਹੀਂ ਜੇ ਨਹੀਂ ਅਸੀਂ ਤੁਹਾਨੂੰ ਚੰਗੇ ਲੱਗਦੇ ਨਿਕਲ ਜਾਂਦੇ ਕਿਸੇ ਪਾਸੇ, ਸਾਰਾ ਦਿਨ ਫੇਸ ਕੋਈ ਰੱਖਦੇ ਨੇ ਇਹ। चंद पुराने गुरुद्वारे जा गया भी रूह खुश हो गई, बढ़िया रौनक आ गई उथे। तो सच्ची गल है, जो अगली बारी गया ना मैंने भी नाल लेके जाई। हाँ लेके जाऊंगा ना। ओ बंदे का की भरोसा, बंदा का पानी का बल्ब ला, की पता केड़े बड़े फुट दे। सच्ची मैं नाल ही जाऊं तेरे। हाँ तेन मैं एक होर गल दसा, ये गुरुद्वारा साहब ना शहीद बाबा तेग सिंह की याद में बनाया। अच्छा उ जहाज है ना ਉਹ ਸਾਡੇ ਤਾਂ ਫੁੱਲ ਵਰਸਾਉਂਦਾ, ਫਿਰ ਪੰਜ ਸੀ ਫੁੱਲ ਮੇਰੇ ਤੇ ਵੀ ਡਿੱਗੇ। ਫਿਰ ਭਾਗਾ ਵਾਲੀ ਸੰਗਤ ਚ ਹੋ ਗਿਆ ਤੂੰ ਵੀ ਸ਼ਾਮਲ। ਆਪਾਂ ਚੱਲਾਂਗੇ ਬਜਲੀਆਂ। ਚੰਗਾ ਠੀਕ ਆ। ਤੇ ਨਾਲੇ ਉੱਥੇ ਇੱਕ ਹੋਰ ਹੈ ਬਿਰਧ ਆਸ਼ਰਮ ਬਣਿਆ,
अच्छा बड़ी सेवा कर दे संगत दी सारे फिर तो आश्रम हां बुजुर्गों ਦੇ ਸੁਭਾਗਣ ਵਾਲਾ अच्छा अच्छा ਕੁੜੀਆਂ ਦੇ ਵਿਆਹ ਹੁੰਦੇ ਨਾਲ ਇਹ ਚਲ ਚੰਗਾ ਤੇ ਦਰਸ਼ਨ ਕਰਵਾ ਮੈਨੂੰ ਜ਼ਰੂਰ ਨਾਲ ਲੈ ਕੇ ਜਾਈਂ ਚੰਗਾ 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 ਬਣਾਉਂਦੀਆਂ ਚਾਹ ਬਾਬੀ ਬੇਬੀ ਕਿੱਥੇ ਆ ਉਹ ਕਮਰੇ ਚ ਆ ਜਾ ਹੋ ਠੀਕ ਹਾਂ ਬੇਬੇ ਆ ਜਾ ਤੇ ਆ ਜਾ ਮੈਂ ਤੇ ਨੂੰ ਦੇਖ ਕੇ ਜਾਂਦੀ ਸੀ ਮਨ ਸੱਚੀ ਬਾਹਰ ਹੀ ਉਤਰਿਆ ਪਿਆ ਸੀ ਬੇਬੇ ਮਸਾ ਆਈ ਆ ਕੌਣ ਕਿਹੜਾ ਦਿੰਦੇ ਸੀ ਕਹਿੰਦੀ ਹੱਥ ਨੂੰ ਮੋੜੇ ਆਈ ਉਹ ਤਾਂ ਗੱਲ ਠੀਕ ਹੈ ਧੀ ਮੇਰੇ ਤਾਂ ਮਨ ਸੱਚੀ ਬਾਹਰ ਉਤਰਿਆ ਸੀ मेरी गल सुन जे तेरे भरा भरजाइयां तेरी मां सलूक कर तेरा दिल ना औखा हो एवें जिकू मेरा कालजा मचदा तू मेरी मां नाल लड़दी रहनी है एह कड़ा मन फुल तोलदी है जठ ने आउंदे नहीं हथ ने आउणा है भाभी बुजुर्ग तो बच्चों वर्गे होंगे है इन्हों का की गुस्सा करना राणी ये भी हाथ कट कट लड़ती है ना मेरे पेके ने एदा की बिगाड़िया उन्होंने फर्क भी लाती है पूछ लें जो मैं झूठ बोलती हाँ कोल बैठी है आहू ये तो गई जी मेरी दोनों लत्त घुट दी धीए एहजी जी मेड़े दिंदी है कि सुने भी नहीं चाहते राणी बेबी बाल का पतंगड़ बना लेंदी है गुआढ़ा को जा जा मेरी चुगलियां करती है भला चंगी गल है समझा के जाइए कुछ चंगा राणी मैं चाह बना के लेके आनी हां राणी धीए तू मैनू नाल ही ले चल मैं नहीं हुण इत्थे रहणा बेबे मेरे तां आप नहीं पैर लगदे अज जदों दी मेरे दूजी कुड़ी होई आ गल गल ते मेरे मारदे आ कहिंदे तां कुड़ियां जम्मण जोगी है इहने सानू नहीं पोते दा मूंह खाणा चंगा धीए तू आ जा तू बसदी धी देसा परिदेसा बिच बसदी सुख मंगे मापिया पानी से घट बुला दो पानी
ਖਾਜਾ ਤੈਨੂੰ ਤਿਆਰ ਕਰ। ਤੇਰੀ ਮੰਮੀ ਵੀ ਆਈ ਪਾਣੀ ਦੇਣ ਬੱਤਰ ਮੁਸ਼ਕਲ ਹੁੰਦਾ ਬੁੜੀ ਕੋਲੋਂ ਹਰ ਚੱਲ ਕੋਈ ਨਾ ਤੂੰ ਮੇਰਾ ਸਿਆਣਾ ਪੁੱਤ। निकी पुठिया बाहर तो पढ़ाई जानी है मेरे पुत नूं मसा मसा लै ने सौ तेन बीमारियां ने एवं मेरे फल वर्गे पुत नूं कोई बीमारी ला देगी आप तो खाती पीती बैठी है चल पुत एवं ना तो मैं बैठा कर कुड़े मेरे तो हाथ बना ला मैं की बाहर तो पढ़ाउनी आ नहीं मैं तो सी सैन दी सी पुत बोलते नहीं जी मैं क्या मेरी मां नूं आपां चार दिन इत्थे ना ले आईए नाले आपां दवाई दवूई दवा देंगे दवाई दवाउण जस्से होरी जिन्हां दी मां गई ना ओह इत्थे आके घर तां नहीं पाके बैंदी घरां दे सौ पड़दे हुंदे आ नाले अपना ताप मसा गुजारा हुंदा नाले ओह सांभर जिन्हां दे हिस्से ओह जमीन लाऊगी दो रोटियां तां बुढ़ी नूं दे नहीं सकदे इक्कां कढ़ी फिरदे आ साले मेरे। अच्छा मेरी मां नूं सांभण वास्ते तैनूं ओह हिस्से दी जमीन चाहीदी है रब कोलों मुंगड़ा दे के ना पछतावे लालची टब्बरा सेवा करनी आ आपदे सस सहुरे दी कर जिहड़े अपने नाल जमीन लाउणगे नाले गल सुण ला मेरी जे अपनी मां नूं इत्थे लाउण वाली दुआरे मूंह चों गल कड्डी ना तां मैथों बुरा कोई नहीं। पुत जस्सी तू तां शहर जाके भुल ही गया पुत चंद्रिया तेनू कदे अपनी मां दी याद नहीं आई पुत कदे जन्म देन वाली मां नू भी कोई भुलदा तू तो देश च बैठा परदेसी होया बैठा पुत मां दा करजा तां सत जन्म नहीं लैंदा तू इसे जन्म च भुल गई जस्से पुत जस्से में बहुत औखी है छोटी बहू मैनू बहुत तंग करती है मैं बहुत दुखी है जिससे जिससे मैं जमा ही गली है मुझसे ना मेरे कोले कोई आंदा है ना कोई जवाक आंदा है जिससे तू मैनू अपने नाल ले चल जिससे मुझ मैं बीमार रहनी है मैं हर रात टेक दी रही पुत कांगर है मैंने दवाई जवा दे मुझ में अपने नाल ले चल मैंने दवाई जवा दे जिससे हाँ जिससे हाँ जिससे मेरी नैदी ने मुझ में दवाई जवा दे या बाली होगी जस्से दी मां मैं तो कहना हजे भी सोच ला तेरी सेहत ठीक नहीं तू फिर जा आई बस जस्से दे बापू हुण ना मैनू रोक मैनू एक बारी मेरे पुंडे पुत कोल जा वड़न दे मेरा मन बाला उतरिया होया जान दे हुण ना रोक चंगा चंगा भाई तेरी मर्जी है जाया जस्से उड़े बाबू है बेबे बेबे जी पैरी पन्नी है जोंदी बस्ती रह थी बुड सुहागण हो गए रब तेनू भाग ला दे ना बेबे चान चक इन्ने मैले कपड़े पा के ना हाथ च सोटी फड़ के ना घर दे नाल लड़के तो नहीं आई ना पुत तानू रड़ के आई हां बस मेरा मन उतरिया पिया सी मैं तां मिल के आवां बच्चे चल
ਪੋਤਾ ਨਹੀਂ ਦੀਦਾ ਰਵੇ ਕਿਧਰੇ ਉਹ ਤਾਂ ਸਕੂਲ ਗਿਆ ਨਾ ਬੇਬੇ ਪਹਿਲਾਂ ਜਦੋਂ ਤੂੰ ਤੇ ਬਾਪੂ ਆਉਂਦੇ ਸੀ ਥੋੜੇ ਵਧੀਆ ਕੱਪੜੇ ਪਾਏ ਹੁੰਦੇ ਸੀ ਨਾਲੇ ਤੈਨੂੰ ਪਤਾ ਤੇਰੇ ਪੁੱਤ ਦੀ ਅਫਸਰਾਂ ਦੇ ਨਾਲ ਉੱਠਣੀ ਬੈਠਣੀ ਆ ਨਾਲੇ ਕੋਈ ਗਵਾਂਢਣ ਚਾਨਚੱਕ ਸਾਡੇ ਘਰ ਆ ਗਈ ਜਾਂ ਤੇਰੇ ਪੁੱਤ ਦਾ ਕੋਈ ਉਹਦੇ ਨਾਲ ਦੋਸਤ ਆ ਗਿਆ ਤਾਂ ਸਾਡੀ ਕੀ ਇੱਜ਼ਤ ਰਹੂ ਜੇ ਉਹਨਾਂ ਨੂੰ ਪਤਾ ਲੱਗੂ ਕਿ ਇਹ ਬੁੱਢੜੀ ਬੱਚਿਆਂ ਦੀ ਦਾਦੀ ਆ ਤਾਂ ਸਾਡੀ ਤਾਂ ਨੱਕ ਵੱਢੀ ਜਾਊਗੀ ਨਾ ਕੁੜੇ ਮੈਂ ਤਾਂ ਬਿਮਾਰ ਰਹਿੰਦੀ ਹਾਂ ਬਸ ਕਾਲੀ ਕਾਲੀ ਚ ਜਿਹੜੇ ਕੱਪੜੇ ਹੱਥ ਲੱਗੇ ਉਹ ਪਾ ਕੇ ਆ ਗਏ ਨਾਲੇ ਪੁੱਤ ਮੈਂ ਸੋਚਿਆ ਵੀ ਚੱਲ ਵੱਡੇ ਪੁੱਤ ਕੋਲੇ ਜਾਂਦੀ ਹਾਂ ਮਾੜਾ ਮੋਟਾ ਸ਼ਹਿਰ ਦਵਾਈ ਦਵਾ ਦੇਣਗੇ ਦਵਾਈ ਲੈ ਕੇ ਚਲੇ ਜਾਓ ਨਾ ਉਹਨਾਂ ਨੇ ਇਲਾਜ ਨਹੀਂ ਕਰਾਇਆ ਜਿੰਨਾ ਕੋਲੇ ਰਹਿੰਦੀ ਸੀ ਨਾਲੇ ਤੇਰਾ ਛੋਟਾ ਪੁੱਤ ਤਾਂ ਸਾਡੇ ਕੋਲੇ ਇੱਕ ਰਾਤ ਨਹੀਂ ਰਹਿਣ ਦਿੰਦਾ ਸੀ ਕਹਿੰਦਾ ਸੀ ਸਾਡਾ ਤਾਂ ਘਰੇ ਨਹੀਂ ਸਰਦਾ ਅਸੀਂ ਇਕੱਲਿਆਂ ਨੇ ਔਖੇ ਸੌਖੇ ਦਿਨ ਕੱਟ ਲਏ ਨਾਲੇ ਮੇਰੇ ਤਾਂ ਜਾਪੇ ਵੀ ਮੇਰੇ ਮਾਪਿਆਂ ਨੇ ਕਰਾਏ ਨੇ ਜੀ ਬਸ ਕਰ ਧੀਏ ਬਸ ਕਰ ਬੇਬੇ ਆਈ ਅੰਦਰ ਅੱਛਾ ਬੇਬੇ ਮੱਥਾ ਟੇਕ ਨਾ ਆ ਪੁੱਤ ਜਿਉਂਦਾ ਰਹਿ ਰੱਬ ਤੇਰੀ ਬਾਣੀ ਕੋਲ ਸਾਰੀ ਬੇਬੇ ਬਾਪੂ ਜੀ ਨਹੀਂ ਦੀਦੇ ਕੱਲੀ ਆਈ ਹੈ ਹਾਂ ਪੁੱਤ ਆਈ ਤਾਂ ਮੈਂ ਕੱਲੀ ਆ ਪਰ ਤੇਰੇ ਬਾਪੂ ਦੇ ਸਲਾਹ ਨਾਲ ਹੀ ਆਈ ਆ ਆ ਖੰਗ ਜੀ ਵੀ ਵਾਵਾ ਹੋਈ ਪਈ ਹੈ ਢਿੱਲੀ ਲੱਗਦੀ ਹੈ ਤਾਂ ਹੀ ਤਾਂ ਮੈਂ ਤੇਰੇ ਕੋਲ ਆਈ ਆ ਮੈਨੂੰ ਚੰਗੇ ਜੇ ਡਾਕਟਰ ਕੋਲ ਦਿਖਾ ਦੇ ਖੰਗ ਤਾਂ ਮੈਨੂੰ ਸਾਰੀ ਸਾਰੀ ਰਾਤ ਨਹੀਂ ਟਿਕਣ ਦਿੱਤੀ ਪੁੱਤ ਕੋਈ ਗੱਲ ਨਹੀਂ ਬੇਬੇ ਮੈਂ ਚੰਗੇ ਡਾਕਟਰ ਨੂੰ ਦਿਖਾਉਂਗਾ ਹੁਣ ਆਰਾਮ ਕਰ ਚੱਲ ਆ ਇੱਧਰ ਬੇਬੇ ਤੈਨੂੰ ਚੰਗਾ ਭਲਾ ਪਤਾ ਕਿ ਤੈਨੂੰ ਬਿਮਾਰੀ ਲੱਗੀ ਆ ਨਾਲੇ ਪਿੰਡ ਜਾ ਕੇ ਦੂਜੇ ਪੋਤੇ ਨਾਲ ਲਾੜ ਕਰ ਐਕਸਰੇ ਹੋ ਗਏ ਜੀ ਬਲੱਡ ਲੈ ਲਿਆ ਰਿਪੋਰਟ ਕੱਲ੍ਹ ਹੁਣ ਤੁਹਾਨੂੰ 9 ਵਜੇ ਦੇ ਜਾਵਾਂਗੇ ਤੁਹਾਨੂੰ ਮਿਲ ਜਾਓ ਪਰਮਿੰਦਰ ਬੀਬੇ ਨੂੰ ਤਾਂ ਟੀਵੀ ਹੈ ਹੈ ਟੀਵੀ ਹਾਂ ਹੁਣ ਠੀਕ ਤਾਂ ਹੋ ਜੂ ਪਰ ਇਲਾਜ ਲੰਬਾ ਚੱਲੂ ਇਹ ਤਾਂ ਛੂਤ ਦੀ ਬਿਮਾਰੀ ਹੈ ਨਾਲੇ ਇਹ ਤਾਂ ਮੇਰੇ ਜਵਾਕਾਂ ਨੂੰ ਵੀ ਲੱਗ ਜੂ ਤੇ ਹੁਣ ਕੀ ਕਰੀਏ ਇਹ ਤਾਂ ਆਪਾਂ ਨੂੰ ਵੀ ਲੱਗ ਸਕਦੀ ਆ ਨਾ ਗੱਲ ਸੁਣੋ ਜੀ ਰਾਜੀ ਰਹੋ ਗੁੱਸੇ ਰਹੋ ਥੋੜੇ ਜਿਹੇ ਪੈਸੇ ਦੇ ਕੇ ਬੇਬੇ ਨੂੰ ਪਿੰਡ ਭੇਜ ਦਿਓ ਚਲੋ ਫਿਰ ਸੋਚਦੇ ਆ ਕੁਛ
आगे हो गया ताई 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 ये तो मेरी ताई है बापू जी बापू जी लगता बेबे नहीं मां तू मैनू सुखा सुख सुख लिया मेरे जिस्म नू अपने खून सिंजा गिले तो सुखे पांदी रही तू मेरा सिर दुखदा नहीं सी जांदी ते मैं तेनू बीमार नू दो दिन अपने घरे ना रख सके तेरी नूं तो बगाना खून सी मैं तो तेरा अपना सी जे मैं तेनू घरे रख लैंदा बापू जी तुसी अपना ख्याल रखिया करो दवाई दवुई लेंदे रहिया करो मेरे तो तुहाडी हालत वेखी नहीं जांदी बापू जी असीं बेबे नूं वड्डा करना चाहुंदे आ करो वड्डा वड्डा करो बड़ी सेवा कीती है तुसीं ओहदी बड़ी सौखी मरी आ बापू जी साडे शरीके विच नक नहीं रहणी ਕੀ ਉਹ ਤੁਹਾਡਾ ਨੱਚ ਕਿੱਥੇ ਗਿਆ ਸੀ ਜਦ ਮਾਰਾ ਹਚਰੋਲ ਦੀ ਮਰ ਗਈ ਨਾ ਤੂੰ ਸਾਂਭੀ ਤੇ ਨਾ ਹੀ ਮਾਰੇ ਰਾਣੀ ਮੌਤ ਦਾ ਕੀ ਪਤਾ ਕਦੋਂ ਤੇ ਕਿੱਥੇ ਆ ਜਾਵੇ ਬਾਪੂ ਜੀ ਲੋਕ ਕਹਿਣਗੇ ਇਹਨਾਂ ਨੇ ਪੈਸੇ ਲਾਉਣ ਦੇ ਮਾਰੇ ਨੇ ਬੁੜੀ ਨੂੰ ਕੋਲੀ ਉਹ ਵੱਡੇ ਨੱਕ ਵਾਲਿਓ ਵੱਡੇ ਨੱਕ ਵਾਲਿਓ ਜਿਉਂਦੇ ਜੀਦਾ ਉਸ ਗਰੀਬੀ ਦੀ ਤੁਸੀਂ ਬਾਤ ਨਹੀਂ ਪੁੱਛੀ ਉਹ ਹੁਣ ਸਿਆ ਜੋ ਆ ਕੇ ਜਲੇਬੀਆਂ ਖਾਊ ਜਣੀਏ ਹੁਣ ਮੇਰਾ ਜੀਣਾ ਕੀ ਜੀਣਾ ਮੈਂ ਉਹਨਾਂ ਕੋਲ ਰਹਾਂ ਜਿਨ੍ਹਾਂ ਹਥਿਆਰਿਆਂ ਨੇ ਤੈਨੂੰ ਮਾਰ ਦਿੱਤਾ ਨਹੀਂ ਮੈਂ ਇਹਨਾਂ ਕੋਲ ਨਹੀਂ ਰਹਿਣਾ ਮੈਂ ਤਾਂ ਹੁਣ ਚੰਦ ਪੁਰਾਣੇ ਗੁਰਦੁਆਰੇ ਚਲਾ ਜਾਣਾ ਮੇਰਾ ਦਿਲ ਨਹੀਂ ਲੱਗਦਾ ਇੱਥੇ ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਦਾ ਚੱਲ ਮਨਾ उठ चल गए Thank you.
है तो इत कि गया मैं एक नहीं यार समझ लगी मेरी तो फोटो ही है नहीं तू मूह का होर बना के रख दिया फोटो चकरा कट के रख दी बंदे ने चल कोई नहीं दिमाग ठंडा रख मैं तेन एक गल आता चेयरमैन साहब मैं सिर्फ थोड़ा करके चुप कर गया जे अज तुम बचाले ना मैं आंदा मैं मर के रख देना सी कौन भाई हां जी हां भाई दीपिया मैं तेरे बापू नू चंद पराने वाले गुरुद्वारे च देखा सी बापू नू हां दीपिया मैं तां दसना अपना फर्ज समझिया चलो ठीक है भाई चंगा कीता भाई असीं हुण जावांगे लैण की सोची जाने हो जी की दसां जसी लोकां ने मेहणे ने मेरा जोना दुबर किया होया कहिंदे ने इन्हां दी बुरी लाज कन्नी मर गई ते हुण वड्डी करन वास्ते जलेबियां पकाउण बह गए ते बुरा आश्रम च बैठा मेरा तां इहो जी करदा कि कुछ खा के मर जां मैनूं तां आप शरीक मेहणे मार देने जी मूँह चुंगलां दिंदे ने अपनी तां जमा ही पट्टी मिस हो गई सारा पिंड आपां नूं मारां कहिंदा आपणे तां मत्थे ते पलक लग गया मैं तां कहिंदा जसप्रीत थोड़ी बहुती ने लैके आप बापू जी ने बिरध आसन चो ले आइए नहीं तो सुबदरामी का आसन अपने पुत पोतरा ते पऊ हाँ जी मैं भी थोनू यही कहती सी आप आश्रम चलते हैं तो बापू जी ने घर ले आने बापू जी इन्ने निर्दयी नहीं हैं वो आप जरूर माफ कर देंगे तो अपने नाल घर आ जाएंगे बापू जी का पता लग गया है बापू जी का पता लग गया वीर जी किथे ने बापू जी ना शहीद बाबा तेगा सिंह दा गुरद्वारा चंद पराने उस बिरध आश्रम बनया उथे है इहदा बहुत खुशी दी गल है वीर जी ते तुसी ना तैयार होके छे छे ती आ जाओ बापू जी ने लैन अज ही जाना है हाँ हाँ वीर जी असी हुण ही आ रहे हैं आ बैठे ने बापू जी बापू जी बापू जी बापू बापू जी बापू जी सानू माफ कर दो बापू जी
ਨਾ ਬਾਲੀ ਲੋਕੋ ਪੁੱਤਾਂ ਦੀ ਤ੍ਰਿਸ਼ਨਾ ਬਾਲੀ ਦੁੱਖ ਸੁੱਖ ਕਵੀ ਮਾਤਾ ਲੋਕੋ ਪੁੱਤਾਂ ਦੀ ਮਿੱਠੜੇ ਦੇਵੇ ਪੁੱਤੀ ਹੁੰਦੇ ਨੇ ਜੋ ਮਿੱਠੜੇ ਮੇਵੇ ਕੌੜੇ ਹੁੰਦੇ ਦੇਰੀ ਨਾ ਲੱਗੇ ਪੁੱਤੀ ਹੁੰਦੇ ਨੇ ਮਾੜੀ ਮੰਜੀ ਸੁੱਖ ਮੰਗੇ ਮਾਪਿਆਂ ਦੀ ਦੇਸਾਂ ਪਰਿਦੇਸਾਂ ਭਾਈ ਸਭ ਤੇ ਬੁਢਾਪਾ ਆਉਣਾ ਭਾਈ ਸਭ ਤੇ